ਸਾਡੇ ਤੇ ਲੋੜ ਹੈ ਟੈਕਸ ਦੂਰੀ ਬਣਾ ਕੇ ਰੱਖੋ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਲੰਧਰ ਦੇ ਲੋਕਾਂ ਨੂੰ ਤੇ ਪੰਜਾਬ ਦੇ ਦੁਆਬੇ ਦੇ ਲੋਕਾਂ ਨੂੰ ਅੱਜ ਸ਼ੁਭਕਾਮਨਾ ਦਿੰਦਾ ਕਿ ਅੱਜ ਦਾ ਦਿਨ ਬਹੁਤ ਹੀ ਖੁਸ਼ੀਆਂ ਭਰਿਆ ਕਿ ਪਿਛਲੇ ਬਹੁਤ ਦੇਰ ਦੀ ਇੱਕ ਮੰਗ ਸੀ ਕਿ ਇੱਕ ਸ਼ਤਾਬਦੀ ਚੱਲਣ ਦੇ ਨਾਲ ਟੂਰਿਸਟ ਨੂੰ ਕਈ ਵਾਰ ਟਿਕਟ ਨਹੀਂ ਮਿਲਣਾ ਕਈ ਵਾਰ ਇੰਡਸਟਰੀ ਦੇ ਲੋਕਾਂ ਨੂੰ ਦਿੱਕਤ ਆਉਣੀ ਅੱਜ ਬੰਦੇ ਭਾਰਤ ਚੱਲਣ ਦੇ ਨਾਲ ਮੈਨੂੰ ਲੱਗਦਾ ਕਿ ਇੰਡਸਟਰੀ ਲੋਕਾਂ ਦਾ ਬੈਨੀਫਿਟ ਸਮੇਂ ਦੀ ਬੱਚਤ ਅੱਜ ਅਸੀਂ ਆਮ ਆਦਮੀ ਪਾਰਟੀ ਜ਼ਿਲ੍ਹਾ ਜਲੰਧਰ ਵੱਲੋਂ ਉਹ ਦੁਆਬੇ ਦੇ ਲੋਕਾਂ ਨੂੰ ਬਹੁਤ ਬਹੁਤ ਵਧਾਈ ਦੇਣਾ ਚਾਹੁੰਦੇ ਮੈਂ ਬਹੁਤ ਜਿੰਨੇ ਵੀ ਲੋਕ ਮੈਨੂੰ ਤੁਹਾਡੇ ਚੈਨਲ ਤੇ ਸੁਣਨਾ ਚਾਹੁੰਦੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕ੍ਰੈਡਿਟ ਕਾਰਡ ਕੀ ਹੈ ਅਗਰ ਅੱਜ 15.5 ਲੱਖ ਲੋਕਾਂ ਨੇ ਚੁਣ ਕੇ ਅਗਰ ਆਮ ਆਦਮੀ ਪਾਰਟੀ ਦਾ ਬੰਦਾ ਭੇਜਿਆ ਲੋਕ ਸਭਾ ਦੇ ਵਿੱਚ ਉਹ ਜ਼ਰੂਰ ਜਲੰਧਰ ਦੀ ਆਵਾਜ਼ ਉਠਾਏਗਾ ਅਗਰ ਅੱਜ ਰਾਜ ਸਭਾ ਦੇ ਵਿੱਚ 3 MP ਆਮ ਆਦਮੀ ਪਾਰਟੀ ਦੇ ਬੈਠੇ ਆ ਉਹ ਆਪਣੇ ਜਲੰਧਰ ਦੇ ਲਈ ਜ਼ਰੂਰ ਮੰਗ ਉਠਾਉਣਗੇ ਅਗਰ ਅੱਜ ਉਹਨਾਂ ਨੇ ਇਹ ਪ੍ਰਯਾਸ ਕੀਤਾ ਹੈ ਅੱਜ ਅਸੀਂ ਸਾਰੇ ਲੋਕ ਉਹਨਾਂ ਦਾ ਧੰਨਵਾਦ ਕਰਨ ਦੇ ਲਈ ਖੜੇ ਹਾਂ ਪ੍ਰਯਾਸ ਤੁਸੀਂ ਗੱਲ ਕਰ ਰਹੇ ਹੋ ਜਿਹੜੇ ਕੱਲ੍ਹ ਕੇਂਦਰ ਵੱਲੋਂ ਲੈਟਰ ਜਾਰੀ ਕੀਤਾ ਹੈ ਉਹਦੇ ਵਿੱਚ ਸੋਮ ਪ੍ਰਕਾਸ਼ ਜੀ ਦੇ ਨਾਮ ਜ਼ਿਕਰ ਕੀਤਾ ਕਿ ਉਹਨਾਂ ਨੇ 2022 ਵਿੱਚ ਲੈਟਰ ਕੀਤਾ ਸੀ ਅਤੇ MP ਸਾਹਿਬ ਦਾ ਰਿੰਕੂ ਜੀ ਦਾ ਨਾਮ ਨਹੀਂ ਹੈ ਤਾਂ ਲੱਗਦਾ ਕਿ ਇਹ ਕਿਸ ਅਸੀਂ ਸੋਮ ਪ੍ਰਕਾਸ਼ ਦਾ ਧੰਨਵਾਦ ਵੀ ਕਰਦੇ ਹਾਂ ਅਸੀਂ ਵਿਜੇ ਸਾਹਿਬ ਦਾ ਅਸੀਂ ਪੂਰੀ BJP ਦਾ ਧੰਨਵਾਦ ਕਰਦੇ ਹਾਂ ਅਸੀਂ ਇਹ ਨਹੀਂ ਕਹਿ ਰਹੇ ਪਰ ਅੱਜ ਜਲੰਧਰ ਦੇ ਲੋਕਾਂ ਦੇ ਲਈ ਜੇ ਚੁਣ ਕੇ ਸੁਸ਼ੀਲ ਰਿੰਕੂ ਗਿਆ ਤਾਂ ਅਸੀਂ ਉਹਦਾ ਹੀ ਧੰਨਵਾਦ ਕਰਾਂਗੇ ਨਾ ਕਿਉਂਕਿ ਜੇ ਫਗਵਾੜਾ ਸਟੋਪਿਸ ਮਿਲਿਆ ਸੋਮ ਪ੍ਰਕਾਸ਼ ਜੀ ਉੱਥੇ ਆਪਣਾ ਕਰਨ ਜੋ ਕਹਿ ਸਕਦੇ ਜਲੰਧਰ ਦੇ ਵਿੱਚ ਸੋਮ ਪ੍ਰਕਾਸ਼ ਜੀ ਦਾ ਜਿਹੜਾ ਹਲਕਾ ਨਹੀਂ ਪੈਂਦਾ ਇਹ ਹਲਕਾ ਜਾਂ ਆਮ ਆਦਮੀ ਪਾਰਟੀ ਦੇ ਪਰਿਵਾਰ ਦਾ ਹਲਕਾ ਹੈ ਅੱਜ ਜਲੰਧਰ ਦੇ ਲੋਕਾਂ ਨੇ ਜਿਹੜਾ ਵਿਸ਼ਵਾਸ ਹੈ ਉਹ ਆਮ ਆਦਮੀ ਪਾਰਟੀ 'ਤੇ ਕੀਤਾ ਹੈ ਅੱਜ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਧੰਨਵਾਦ ਕਰਨ ਦੇ ਲਈ ਕਾਰਿਆਕਰਤਾ ਹਜ਼ਾਰਾਂ ਦੀ ਗਿਣਤੀ 'ਚ ਖੜੇ ਆ ਇਸ ਕਰਕੇ ਇਹ ਕਿ ਸਾਡਾ ਕੋਈ ਕ੍ਰੈਡਿਟ ਵਾਰ ਨਹੀਂ ਅਸੀਂ ਸੇਵਾਦਾਰ ਹਾਂ ਅਸੀਂ ਆਮ ਆਦਮੀ ਪਾਰਟੀ ਇੱਕ ਐਸੀ ਪਾਰਟੀ ਹੈ ਜਿਹੜੀ ਜ਼ਮੀਨ ਤੋਂ ਉੱਠ ਕੇ ਲੋਕਾਂ ਦਾ ਕੰਮ ਕਰਦੀ ਹੈ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਔਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਇੱਕੋ ਹੀ ਸੁਪਨਾ ਹੈ ਕਿ ਲੋਕਾਂ ਦੇ ਨਾਲ ਰੰਗਲਾ ਪੰਜਾਬ ਬਣਾਉਣ ਦੇ ਲਈ ਜੋ ਸਹਿਯੋਗ ਕਰ ਸਕਦੇ ਹਾਂ ਉਹ ਅਸੀਂ ਕਰ ਰਹੇ ਹਾਂ ਅਸੀਂ ਕ੍ਰੈਡਿਟ ਵਾਰ 'ਚ ਨਹੀਂ ਪਏ ਅੱਜ ਅਸੀਂ ਆਪਣੇ ਨੇਤਾ ਔਰ ਜਲੰਧਰ ਦੇ ਜਿਨ੍ਹਾਂ ਨੇ ਇੰਨੀ ਮਿਹਨਤ ਕੀਤੀ ਹੈ 3 ਰਾਜ ਸਭਾ ਮੈਂਬਰ 1 ਸਾਡੇ ਲੋਕ ਸਭਾ ਦੇ ਸਾਡੇ ਮੈਂਬਰ ਹੈ ਅੱਜ ਅਸੀਂ ਉਹਨਾਂ ਦਾ ਧੰਨਵਾਦ ਕਰਨ ਦੇ ਲਈ ਖੜੇ ਹਾਂ ਅਤੇ ਅੱਜ ਆਮ ਆਦਮੀ ਪਾਰਟੀ ਵੱਲੋਂ ਪੂਰੇ ਦੁਆਬੇ ਦੇ ਲੋਕਾਂ ਦਾ ਔਰ ਜਲੰਧਰ ਦੇ ਲੋਕਾਂ ਨੂੰ ਵਧਾਈ ਦੇਣਾ ਚਾਹੁੰਦੇ ਹਾਂ।